ਸਾਡੇ ਸਿਰ ਦੀ ਜਿਹੜੀ ਛਾਂ ਸੀ ਉਸ ਤੋਂ ਵਾਝੇ ਹੋ ਗਏ ਜੀ ਅਸੀਂ। ਸਰੀਰ ਗਿਆ, ਸ਼ਿੰਦਾ ਤਾਂ ਕਿਤੇ ਨਹੀਂ ਗਿਆ, ਸ਼ਿੰਦਾ ਇਕੱਲਾ ਗਾਇਕ ਨਹੀਂ ਸੀ, ਉਹ ਇਸ ਧਰਤੀ ਦੀ ਮਰਿਆਦਾ ਸੀ, ਉਹ ਇਸ ਧਰਤੀ ਦੀ ਮਾਣਮਤੀ ਅਣਖੀਲੀ ਵਿਰਾਸਤ ਦਾ ਪੇਸ਼ਕਾਰ ਸੀ। ਮੇਰੀਆਂ ਖੁਸ਼ੀਆਂ ਗਮੀਆਂ ਦਾ ਭਾਈਵਾਲ ਸੀ ਯਾਰ, ਉਹ ਮੇਰੇ ਟੱਬਰ ਦਾ ਜੀ ਸੀ, ਮੇਰੇ ਲਈ ਉਹ ਮੋਢਾ ਸੀ ਜਿਹੜਾ ਮੈਨੂੰ ਢਾਰਸ ਦਿੰਦਾ ਸੀ, ਮੈਂ ਉਹਦਾ ਮੋਢਾ ਸੀ, ਉਦਾਸ ਹੁੰਦਾ ਸੀ ਮੇਰੇ ਕੋਲ ਆਉਂਦਾ ਸੀ, ਦੁੱਖ ਹੁੰਦਾ ਸੀ ਮੈਨੂੰ ਡਿਸਕਸ ਕਰਦਾ ਸੀ, ਫੈਸਲੇ ਲੈਂਦਾ ਸੀ ਮੈਨੂੰ ਪੁੱਛਦਾ ਸੀ। 4 ਕੁ ਮਹੀਨੇ ਹੋਏ ਉਦੋਂ ਅਮੈਰੀਕਾ ਗਿਆ ਹੋਇਆ ਸੀ, ਅਤੇ ਉੱਥੋਂ ਫੋਨ ਆਇਆ ਮੈਨੂੰ, ਕਹਿੰਦਾ ਬਾਈ ਤੈਨੂੰ ਪਤਾ ਆਪਣੇ ਦੋਸਤੀ ਦੇ 50 ਸਾਲ ਹੋ ਜਾਣੇ ਅਗਲੇ ਸਾਲ 'ਚ। ਮੈਂ ਕਿਹਾ ਮੈਨੂੰ ਪਤਾ, ਕਹਿੰਦਾ ਆਪਾਂ ਉਹਨੂੰ ਸੈਲੀਬ੍ਰੇਟ ਕਰਨਾ। ਮੈਂ ਕਿਹਾ ਠੀਕ ਕਰਾਂਗੇ ਆਪਾਂ। ਕਹਿੰਦਾ ਉਹਨੂੰ ਕਹਿ ਦੇਈ ਆਪਣੇ ਯਾਰ ਨੂੰ, ਜਦੋਂ ਇਸ ਤਰ੍ਹਾਂ ਕਹਿੰਦਾ ਮੈਨੂੰ ਪਤਾ ਹੁੰਦਾ ਵੀ ਸ਼ਮਸ਼ੇਰ ਨੂੰ ਕਹਿ ਰਿਹਾ, ਉਹਨੂੰ ਬੇਲੇ ਨੂੰ ਕਹਿ ਦੇਈ ਸ਼ਮਸ਼ੇਰ ਨੂੰ ਵੀ ਉਹ ਕਿਤੇ ਇਹ ਨਾ ਹੋਵੇ ਉਹਦੇ ਨੂੰ ਮੱਛਲ ਮਾਰ ਜਾਵੇ ਤਾਂ ਆਵੇ ਨਾ, ਪਰ ਤਿੰਨਾਂ ਨੇ ਇਕੱਠਿਆਂ ਹੋਣਾ, ਹੋਰ ਦੋਸਤਾਂ ਨੂੰ ਵੀ ਬੁਲਾਵਾਂਗੇ, ਸਰਪ੍ਰਾਈਜ਼ ਦੇਣਾ। ਉਹ ਸਰਪ੍ਰਾਈਜ਼ ਆ ਦੇਗਾ ਕਿ ਅੱਜ ਮਾਹੀ ਸ਼ਰਾ ਗਿਆ, ਦੇਗਾ ਸਰਪ੍ਰਾਈਜ਼ ਸਾਨੂੰ। ਪੇਨ ਹੋਈ ਸੀ ਉਹਨਾਂ ਦੇ ਪੇਟ ਦੇ ਵਿੱਚ, ਅਤੇ ਉਹ ਆਪਰੇਸ਼ਨ ਕਰਾਇਆ ਸੀਗਾ ਜੀ ਉਹਨਾਂ ਨੇ ਜੀ, ਉਹ ਬਸ ਐਸੀ ਇਨਫੈਕਸ਼ਨ ਵਧੀ ਜੀ, ਉਹ ਕਾਬੂ 'ਚ ਨਹੀਂ ਆ ਸਕਦਾ। ਇਹਨਾਂ ਦੇ ਨਾਲ ਮੈਂ 76-77 ਤੋਂ ਲੱਗਿਆ ਜੀ ਇਹਨਾਂ ਦੇ ਚਰਨਾਂ 'ਚ ਸੇਵਾ ਕਰਨ ਵਾਸਤੇ। ਇਹਨਾਂ ਨੇ ਵੀ ਕਦੇ ਸਾਨੂੰ ਸ਼ਾਗਿਰਦ ਨਹੀਂ ਸਮਝਿਆ ਜੀ, ਆਪਣੇ ਬੱਚਿਆਂ ਤੋਂ ਜ਼ਿਆਦਾ ਪਿਆਰ ਦਿੱਤਾ। ਇਹੋ ਜਿਹਾ ਕਲਾਕਾਰ ਬਾਜੀ ਸਦੀਆਂ ਬਾਅਦ ਪੈਦਾ ਹੁੰਦਾ। ਸਾਡੇ ਬੜੇ ਸਤਿਕਾਰਯੋਗ ਮਿਊਜ਼ਿਕ ਦੇ ਜਰਨੈਲ ਬਾਜੀ ਅਹੂਜਾ ਸਾਹਿਬ, ਜਦੋਂ ਇਹਨਾਂ ਦੀ ਰਿਕਾਰਡਿੰਗ ਹੁੰਦੀ ਸੀ ਨਾ ਕਲੀਆਂ ਦੀ, ਇਹ 2 ਊਠਾਂ ਵਾਲੇ ਨੇ ਲੁੱਟ ਕੇ ਸੇ ਸੱਚੀ, ਕਹਿੰਦੇ ਵੀ ਅੱਜ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਵੀ ਕੋਈ ਇਹੋ ਜਿਹਾ ਕਲਾਕਾਰ ਹੈਗਾ।